ਬਹੁਤ ਹੀ ਸਤਿਕਾਰਯੋਗ ਦੋਸਤੋ ਕਿਸਾਨ ਲਹਿਰ ਦੇ ਹਮਦਰਦ ਵੀਰੋ ਭੈਣੋ ਮੈਂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਮੀਤ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਇੱਕ ਦੋ ਜ਼ਰੂਰੀ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹੁੰਦੇ ਆਂ ਕੱਲ ਦਾ ਸੋਸ਼ਲ ਮੀਡੀਆ ਦੇ ਉੱਪਰ ਸਰਦਾਰ ਬਲਵੀਰ ਸਿੰਘ ਰਾਜੇਵਾਲ ਜੀ ਬਾਰੇ ਜੋ ਕੂੜ ਪ੍ਰਚਾਰ ਚੱਲ ਰਿਹਾ ਉਨਾ ਵਾਸਤੇ ਭद्दी ਸ਼ਬਦਾਵਲੀ ਵਰਤੀ ਜਾ ਰਹੀ ਹੈ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵੀ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਅਲੱਗ-ਅਲੱਗ ਲਾਗੂਆਂ ਆਗੂਆਂ ਨੂੰ ਕਦੇ ਕਿਸੇ ਆਗੂ ਨੂੰ ਕਦੇ ਕਿਸੇ ਆਗੂ ਨੂੰ ਚੁਣ ਕੇ ਲਗਾਤਾਰ ਸੋਸ਼ਲ ਮੀਡੀਆ ਤੇ ਇਸ ਕਿਸਾਨ ਕੋਲ ਦੇ ਵਿਰੋਧੀਆਂ ਇਸ ਕਿਸਾਨ ਕੋਲ ਨੂੰ ਢਾਹ ਲਾਉਣ ਵਾਲਿਆਂ ਦੁਆਰਾ ਲਗਾਤਾਰ ਇਸ ਤਰ੍ਹਾਂ ਦਾ ਕੂੜ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਜੋ ਸਰਦਾਰ ਬਲਬੀਰ ਸਿੰਘ ਰਾਜੇਵਾਲ ਜੀ ਹੋਰਾਂ ਦੀ ਉਹਨਾਂ ਨੇ ਜੋ 26 ਜਨਵਰੀ ਨੂੰ ਜੋ ਆਪਾਂ ਕਿਸਾਨ ਪ੍ਰੇਡ ਕਰਨ ਜਾ ਰਹੇ ਹਾਂ ਉਹਦੇ ਬਾਰੇ ਜੋ ਲਗਾਤਾਰੇ ਪ੍ਰਚਾਰਿਆ ਜਾ ਰਿਹਾ ਸੀ ਕਿ ਲਾਲ ਕਿਲੇ ਤੇ ਕਬਜ਼ਾ ਕਰ ਲੈਣਾ ਝੰਡਾ ਚੜ੍ਹਾ ਦੇਣਾ ਪਾਰਲੀਮੈਂਟ ਤੇ ਕਬਜ਼ਾ ਕਰ ਲੈਣਾ 26 ਨੂੰ ਆਖਰੀ ਐਕਸ਼ਨ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਕੋਲ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਸੀ ਵੀ 26 ਨੂੰ ਆਖਰੀ ਐਕਸ਼ਨ ਆ ਸਾਡਾ ਆਖਰੀ ਐਕਸ਼ਨ ਉਹਨਾਂ ਸਮਾਂ ਨਹੀਂ ਆਪਾਂ ਕਹਿ ਸਕਦੇ ਵੀ ਆਹ ਸਾਡਾ ਆਖਰੀ ਐਕਸ਼ਨ ਹੈ ਜਦ ਤੱਕ ਕਾਨੂੰਨ ਰੱਦ ਨਹੀਂ ਹੋ ਜਾਂਦੇ ਇਹ ਸੰਘਰਸ਼ ਲੰਬਾ ਔਰ ਇਹ ਉਹਦਾ ਇੱਕ ਅਹਿਮ ਐਕਸ਼ਨ ਜਿਹੜੀ ਇਸ ਤਰ੍ਹਾਂ ਦੀ ਇੱਕ ਹਾਈਪ ਗ੍ਰੇਡ ਕੀਤੀ ਜਾ ਰਹੀ ਸੀ ਉਹਦੇ ਬਾਬਤ ਉਹਨਾਂ ਨੇ ਸਟੇਜ ਤੋਂ ਗੱਲਾਂ ਕਹੀਆਂ ਨੇ ਔਰ ਉਹਦੇ ਬਾਬਤੀ ਉਹਨਾਂ ਨੇ ਗੱਲਬਾਤ ਰੱਖੀ ਸੀ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ 26 ਤਰੀਕ ਦੀ ਜਿਹੜੀ ਕਿਸਾਨ ਪਰੇਡ ਆ ਉਹ ਬਾਰਡਰਾਂ ਤੇ ਹੋਊਗੀ ਦਿੱਲੀ ਦੇ ਵਿੱਚ ਨਹੀਂ ਹੋਊਗੀ ਪਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਉਹਨਾਂ ਦੇ ਬਿਆਨ ਨੂੰ ਤੋੜਿਆ ਮੋੜਿਆ ਮੋੜਿਆ ਗਿਆ। ਇਹਦੇ ਚ ਇੱਕ ਦੋ ਕੁਝ ਜਿਹੜੀਆਂ ਪ੍ਰੈਸ ਵੱਲੋਂ ਵੀ ਉਹਨਾਂ ਦੇ ਬਿਆਨ ਨੂੰ ਗਲਤ ਛਾਪਿਆ ਗਿਆ। ਕੱਲ ਜਦੋਂ ਇਹ ਬਿਆਨ ਆਇਆ ਉਹਨਾਂ ਦਾ ਤਾਂ ਅਸੀਂ ਉਦੋਂ ਵੇਲੇ ਸਾਰੇ ਇਕੱਠੇ ਸੀ ਔਰ ਸੁਪਰੀਮ ਕੋਰਟ 'ਚ ਜਿਹੜੇ ਸਾਡੇ ਆਪਣੇ ਵਕੀਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਜਾ ਰਹੇ ਸੀਗੇ। ਜਦੋਂ ਉਹਨਾਂ ਨਾਲ ਇਸ ਬਾਬਤ ਗੱਲਬਾਤ ਹੋਈ ਵੀ ਆ ਸੋਸ਼ਲ ਮੀਡੀਆ 'ਤੇ ਚੱਲ ਰਿਹਾ ਤੇ ਉਹਨਾਂ ਨੇ ਉਦੋਂ ਹੀ ਉਹਨਾਂ ਪੱਤਰਕਾਰਾਂ ਨੂੰ ਫੋਨ ਕਰਕੇ ਸਖਤ ਇਤਰਾਜ਼ ਜਤਾਇਆ ਕਿ ਮੇਰੇ ਬਿਆਨ ਨੂੰ ਤੁਸੀਂ ਇਸ ਤਰ੍ਹਾਂ ਛਾਪਿਆ ਮੈਂ ਕਿਤੇ ਨਹੀਂ ਕਿਹਾਗਾ ਕਿ ਕਿਸਾਨ ਫਰੇਡ ਜਿਹੜੀ ਆ ਉਹ ਦਿੱਲੀ ਦੇ ਅੰਦਰ ਨਹੀਂ ਹੋਊਗੀ ਉਸ ਤੋਂ ਬਾਅਦ ਉਹ ਬਿਆਨ ਜਿਹੜੀ ਸੀ ਅਖਬਾਰਾਂ ਨੇ ਉਹ ਉਹ ਠੀਕ ਵੀ ਕੀਤੇ ਪਰ ਬਿਨਾ ਜਾਣੇ ਬਿਨਾ ਸਮਝੇ ਇਸ ਤਰ੍ਹਾਂ ਦੇ ਲੋਕ ਜਿਹੜੇ ਲਗਾਤਾਰ ਸੋਸ਼ਲ ਮੀਡੀਆ ਤੇ ਕੁਝ ਕਰ ਰਹੇ ਆ ਕਦੇ ਕਿਸੇ ਆਗੂ ਖਿਲਾਫ ਕਦੇ ਕਿਸੇ ਆਗੂ ਖਿਲਾਫ ਸਾਰੇ ਲੋਕਾਂ ਨੂੰ ਬੇਨਤੀ ਆ ਕਿ ਉਹ ਇਸ ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹਿਣ ਕਦੇ ਉਹ ਪੜਕਾਉ ਗੱਲਾਂ ਕਰਦੇ ਆ ਔਰ ਇਹ ਤੈਅ ਆ ਕਿ 26 ਜਨਵਰੀ ਦੀ ਜਿਹੜੀ ਕਿਸਾਨ ਪਰੇਡ ਆ ਉਹ ਦਿੱਲੀ ਦੇ ਅੰਦਰ ਹੋਣੀ ਆ ਇਹਦੇ ਬਾਰੇ ਤਾਂ ਜਥੇਬੰਦੀਆਂ ਤੈਅ ਕਰ ਚੁੱਕੀਆਂ ਨੇ ਔਰ 17 ਤਰੀਕ ਤੱਕ ਵੀ ਕਿਵੇਂ ਕਿਵੇਂ ਅਸੀਂ ਉਹ ਪਰੇਡ ਕਰਨੀ ਆਰਗੇਨਾਈਜ਼ ਕਰਨੀ ਆ ਉਹਦੀ ਜਿਹੜੀ ਆ ਪੂਰੀ ਪਲਾਨਿੰਗ ਕੀਤੀ ਜਾਊਗੀ ਐਕਸ਼ਨ ਦਾ ਸਰਦਾ ਦੇ ਤੱਕਿਆਂ ਪਲਾਨਿੰਗ ਜਿਹੜੀ ਹੈਗੀ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸਾਰੇ ਦੇ ਸਾਹਮਣੇ ਆਜੂਗੀ ਔਰ ਲੋਕਾਂ ਨੂੰ ਬੇਨਤੀ ਆ ਕਿ ਤਿਆਰੀ ਜਿਹੜੀ ਹੈਗੀ ਆ ਡਟ ਕੇ ਕਰੋ ਇਸ ਤਰ੍ਹਾਂ ਦੇ ਕੂੜ ਪ੍ਰਚਾਰ ਤੋਂ ਸੁਚੇਤ ਰਹੋ ਜੋ ਕਿਸਾਨ ਜਥੇਬੰਦੀਆਂ ਤੈਅ ਕਰਨਗੀਆਂ ਉਸੇ ਸੱਦੇ ਤੇ ਹੀ ਫੁੱਲ ਚੜਾਓ ਕਿਉਂਕਿ ਕੋਲ ਜਿਸ ਪੱਧਰ ਤੱਕ ਪਹੁੰਚ ਚੁੱਕਾ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬਹੁਤ ਸਾਰੀਆਂ ਏਜੰਸੀਆਂ ਲਗਾਤਾਰ ਇਹਦੇ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਕੇ ਇਸ ਘੋਲ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਉਂਕਿ ਜੇ ਅਸੀਂ ਇਸ ਘੋਲ 'ਚੋਂ ਸਾਨੂੰ ਪੂਰੀ ਉਮੀਦ ਉਮੀਦ ਆਸਾ ਔਰ ਦ੍ਰਿੜ ਨਿਸ਼ਚੈ ਹੈ ਸਾਡਾ ਕਿ ਅਸੀਂ ਕਾਨੂੰਨ ਰੱਦ ਕਰਵਾ ਕੇ ਔਰ ਘੋਲ ਤੋਂ ਜੇਤੂ ਹੋ ਕੇ ਵਾਪਸ ਜਾਣਾ ਜਿਹੜੇ ਲੋਕ ਅੱਜ ਕੇਂਦਰ ਸਰਕਾਰ ਤੋਂ ਕਾਨੂੰਨ ਰੱਦ ਕਰਾ ਕੇ ਜਾਣਗੇ ਕੀ ਉਹਨਾਂ ਨੂੰ ਕੋਈ ਥਾਣੇ ਕਚਹਿਰੀਆਂ ਦੇ ਵਿੱਚ ਜਾਂ ਤਹਿਸੀਲਾਂ 'ਚ ਕੋਈ ਤੰਗ ਕਰ ਸਕੂਗਾ ਕਿ ਉਹਨਾਂ ਨੂੰ ਸਿਆਸੀ ਪਾਰਟੀਆਂ ਗੁੰਮਰਾਹ ਕਰ ਸਕਣਗੀਆਂ ਨਹੀਂ ਕਰ ਸਕਣਗੀਆਂ ਕਿਉਂਕਿ ਲੋਕਾਂ ਨੂੰ ਇੱਕ ਆਪਣੀ ਤਾਕਤ ਦਾ ਅਹਿਸਾਸ ਹੋ ਚੁੱਕਾ ਹੋਣਾ ਲੋਕਾਂ ਨੇ ਆਪਣੀ ਤਾਕਤ ਦੇ ਨਾਲ ਆਪਣੀ ਜਿਹੜੀ ਕਿਸਮਤ ਲਿਖਣ ਵਾਲੇ ਪਾਸੇ ਜਿਹੜਾ ਚੱਲ ਪੈਣਾ ਹੋਣਾ ਇਸ ਕਰਕੇ ਇਸ ਤਰ੍ਹਾਂ ਦੇ ਸਾਰੇ ਲੋਕ ਬੜੇ ਪਰੇਸ਼ਾਨ ਨੇ ਕਿ ਜੇ ਘੋਲ ਸਫਲ ਹੁੰਦਾ ਤਾਂ ਜਿਹੜੀਆਂ ਉਹਨਾਂ ਦੀਆਂ ਲੋਨਾਂ ਨੇ ਜਿਹੜੀ ਬੁਰਸ਼ਾਗਰਦੀ ਬਚਾਈ ਹੋਈ ਸੀ ਜਿਹੜੀ ਲੋਕਾਂ ਦੀ ਲੁੱਟ ਮਚਾਈ ਹੋਈ ਸੀ ਲੋਕਾਂ ਨੂੰ ਉਹਨਾਂ ਨੇ ਭੇਡ ਬੱਕਰੀ ਸਮਝਾਇਆ ਸੀਗਾ ਪਰ ਲੋਕ ਹਮੇਸ਼ਾ ਹੀ ਤਾਕਤਵਰ ਹੁੰਦੇ ਆ ਲੋਕ ਹਮੇਸ਼ਾ ਹੀ ਸ਼ੇਰ ਹੁੰਦੇ ਆ ਜਦੋਂ ਜਥੇਬੰਦ ਹੁੰਦੇ ਆ ਤਾਂ ਜਾਗਦੇ ਸ਼ੇਰ ਹੁੰਦੇ ਆ ਤੇ ਜਦੋਂ ਜਥੇਬੰਦ ਨਹੀਂ ਹੁੰਦੇ ਤਾਂ ਸੁੱਤੇ ਸ਼ੇਰ ਹੁੰਦੇ ਆ ਲੋਕ ਜਾਗਦੇ ਸ਼ੇਰ ਬਣ ਚੁੱਕੇ ਆ ਇਸ ਕਰਕੇ ਇਸ ਤਰ੍ਹਾਂ ਦੇ ਲੋਕਾਂ ਨੂੰ ਬੜੀ ਸਮੱਸਿਆ ਕਿ ਇਹ ਕੋਲ ਸਫਲ ਨਾ ਹੋਵੇ ਇਸ ਕਰਕੇ ਲਗਾਤਾਰ ਇਸ ਤਰ੍ਹਾਂ ਦਾ ਗੁੰਮਰਾਹਕੁੰਨ ਪ੍ਰਚਾਰ ਕਰ ਰਿਹਾ 26 ਤਰੀਕ ਦੀ ਜਿਹੜੀ ਕਿਸਾਨ ਪਰੇਡ ਆ ਉਹ ਦਿੱਲੀ ਦੇ ਵਿੱਚ ਹੋਊਗੀ ਉਹਦੀਆਂ ਤੁਸੀਂ ਤਿਆਰੀਆਂ ਕਰੋ ਔਰ ਜੇ ਤੁਸੀਂ ਪਰਿਵਾਰ ਚ ਸਿਰਫ ਇੱਕ ਇੱਕ ਬੰਦਾ ਛੱਡ ਕੇ ਆਉ ਘਰ ਦੀ ਰਾਖੀ ਵਾਸਤੇ। ਔਰ ਬਾਕੀ ਸਾਰੇ ਦੇ ਸਾਰੇ ਪਰਿਵਾਰ ਆਉ ਕਿਉਂਕਿ ਸਾਡੀ ਰੋਜੀ ਰੋਟੀ ਦਾ ਮਾਮਲਾ। ਬਾਕੀ ਸਦਾ ਇੱਕ ਦੋ ਦਿਨਾਂ ਤੱਕ ਆ ਜਾਣਾ। ਤੁਸੀਂ 26 ਤੋਂ ਪਹਿਲਾਂ ਆਪਣੇ ਟਰੈਕਟਰਾਂ ਸਮੇਤ ਵੱਡੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਦਿੱਲੀ ਦੇ ਬਾਰਡਰਾਂ ਤੇ ਇਕੱਠੇ ਹੋਗੇ ਤੇ ਕਿਹੜੇ ਬੈਰੀਗੇਟ ਨੇ ਤੁਹਾਨੂੰ ਰੋਕਣਾ? ਸਰਕਾਰ ਨੇ ਤਾਂ ਖੁਦ ਰਾਹ ਦੇਣ ਵਾਸਤੇ ਮਜਬੂਰ ਹੋ ਜਾਣਾ ਜੇ ਲੱਖਾਂ ਲੋਕ ਆ ਗਏ ਤਾਂ। ਇਸ ਕਰਕੇ ਇੱਕ ਕਿਸਾਨ ਪਰੇਡ ਜਿਹੜੀ ਹੋਊਗੀ ਔਰ ਦਿੱਲੀ ਦੇ ਵਿੱਚ ਹੋਊਗੀ ਔਰ ਅਸੀਂ ਕਿਸਾਨ ਆਗੂਆਂ ਬਾਰੇ ਔਰ ਕੱਲ ਜਿਹੜੀ ਸਰਦਾਰ ਬਲਬੀਰ ਸਿੰਘ ਰਾਜੀਵਾਲ ਜੀ ਬਾਰੇ ਕੂਟ ਪ੍ਰਚਾਰ ਕੀਤਾ ਗਿਆ ਗਲਤ ਟਿੱਪਣੀਆਂ ਗਈਆਂ ਉਹਦੀ ਸਖਤ ਸ਼ਬਦਾਂ ਚ ਨਖੇਦੀ ਕਰਦੇ ਆਂ ਔਰ ਆਸ ਕਰਦੇ ਆਂ ਲੋਕਾਂ ਤੋਂ ਕਿ ਉਹ ਇਸ ਤਰ੍ਹਾਂ ਦੇ ਅੰਸਰਾਂ ਤੋਂ ਸੁਚੇਤ ਰਹਿਣਗੇ ਔਰ ਜੋ ਵੀ ਕਿਸਾਨ ਜਿੱਥੇ ਬੰਦੀਆਂ ਸੱਦਾ ਦੇਣਗੀਆਂ ਜਿੰਨਾ ਵੀ ਸੱਦਾ ਦੇਣਗੀਆਂ ਉਹਦੇ ਤੇ ਫੁੱਲ ਚੜਾਉਣਗੇ ਤਾਂ ਹੀ ਆਪਾਂ ਜੇਤੂ ਹੋਵਾਂਗੇ ਔਰ ਇੱਕ ਕਾਨੂੰਨ ਰੱਦ ਕਰਾ ਕੇ ਹੀ ਜਿਹੜਾ ਵਾਪਸ ਜਾਵਾਂਗੇ ਇਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ